ਸਤਿ ਸ੍ਰੀ ਅਕਾਲ ਫਰੈਂਚ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਵੀਡੀਓ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਅਗਰ ਤੁਹਾਡੇ ਕਮਰ ਦੇ ਮਸਲ ਬੈਕ ਦੇ ਮਸਲ ਲੱਕ ਦੇ ਮਸਲ ਜਕੜੇ ਜਾਣ ਟਾਈਟ ਹੋ ਜਾਣ ਤਾਂ ਆਪਾਂ ਕਿਹੜੀਆਂ ਘਰ ਦੇ ਵਿੱਚ ਕਸਰਤਾਂ ਕਰੀਏ ਕਿ ਇਹ ਜਿਹੜੇ ਮਸਲ ਨੇ ਰਿਲੈਕਸ ਹੋ ਜਾਵੇ ਆਪਣੀ ਕਮਰ ਰਿਲੈਕਸ ਹੋ ਜਾਵੇ ਆਪਣੇ ਮਸਲ ਜੋ ਟਾਈਟ ਹੋਏ ਨੇ ਉਹ ਆਪਣੀ ਓਰੀਜਨਲ ਪੋਜੀਸ਼ਨ ਤੇ ਆਪਣੀ ਰਾਮ ਨਾਲ ਪੋਜੀਸ਼ਨ ਤੇ ਆ ਜਾਣ। ਸੋ ਇਸ ਨੂੰ ਆਪਾਂ ਸਟਾਰਟ ਕਰਾਂਗੇ ਬਟ ਉਸ ਤੋਂ ਪਹਿਲਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਾਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ। ਜਿੱਥੇ ਅਸੀਂ ਰੋਜ਼ਾਨਾ ਬੜੀ ਮਿਹਨਤ ਨਾਲ ਸਾਰੇ ਪੇਸ਼ੈਂਟ ਦੇਖਦੇ ਹਾਂ ਔਰ ਅਗਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਸਾਡੀ ਉੱਥੇ ਆਈਡੀ ਹੈ ਐਸ ਹਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਸ ਹਰੀ ਸਿੰਘ ਸਰਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉਥੇ ਫੋਲੋ ਜ਼ਰੂਰ ਕਰ ਲੈਣਾ ਸੋ ਵੀਡੀਓ ਨੂੰ ਜਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀਆਂ ਕਸਰਤਾਂ ਔਰ ਅੱਜ ਦੀ ਵੀਡੀਓ ਔਰ ਇੱਕ ਗੱਲ ਹੋਰ ਜਿਹੜੀ ਇਸ ਦੇ ਵਿੱਚ ਤੀਸਰੀ ਕਸਰਤ ਹੈ ਉਹ ਤੁਹਾਨੂੰ ਬਹੁਤ ਲਾਹੇਵੰਦ ਹੈ ਅਗਰ ਤੁਸੀਂ ਤੀਸਰੀ ਕਸਰਤ ਕਰੋਗੇ ਤਾਂ ਤੁਹਾਨੂੰ ਬਹੁਤ ਲਾਹਾ ਹੋਣ ਵਾਲਾ ਹੈ ਸੋ ਬਣੇ ਰਹੋ ਵੀਡੀਓ ਨਾਲ ਹਿਮਾਚਲ ਟੂਰਿਜ਼ਮ ਦੀ ਬਹੁਤ ਹੀ ਸੋਹਣੀ ਪ੍ਰਾਪਰਟੀ ਰਿਟਰੀਟ ਪੈਕਸ ਦੇਖ ਕਰਿਆ ਕਰਾਂਗੇ ਆਪਣੀਆਂ ਫੌਜਾਂ ਦੇ ਨਾਲ ਜਦੋਂ ਸਾਂ ਜਾਵਾਂਗੇ ਔਰ ਇਤਿਹਾਸਕ ਸੁਆਮੀ ਟੈਂਪਲ ਟਾਈਮ ਆਪਾਂ ਜਾ ਰਹੇ ਆਂ ਦਿਨੁਸ਼ ਕੋੜੀ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਇਸ ਦੇ ਵਿੱਚ ਆਪਾਂ ਹੀਲ ਰੇਜ਼ ਕਰਨੀਆਂ ਆਪਣੀਆਂ ਅੱਡੀਆਂ ਚੁੱਕਣੀਆਂ ਨੇ ਆਪਾਂ ਸਿਰਫ ਪੰਜਿਆਂ ਤੇ ਖੜੇ ਹੋ ਜਾਾਂਗੇ ਇਦਾਂ ਕਰਕੇ ਔਰ ਦੋਨੋਂ ਹੱਥ ਇਦਾਂ ਓਪਨ ਕਰ ਦਾਂਗੇ ਔਰ ਉੱਪਰ ਦੇਖਾਂਗੇ ਇਸ ਤਰ੍ਹਾਂ ਕਰਕੇ ਜਿੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ ਲਈ 1 2 3 4 5 ਦੈਨ ਰਿਲੈਕਸ ਦੈਨ ਫੇਰ ਪੰਜਿਆਂ ਤੇ ਆ ਜਾਾਂਗੇ ਹੱਥ ਉੱਪਰ ਕਰ ਦਾਂਗੇ ਉੱਪਰ ਦੇਖਾਂਗੇ 1 2 3 4 ਪੰਜਿਆਂ ਤੇ ਆ ਜਾਗੇ ਉੱਪਰ ਦੇਖਾਂਗੇ 1 2 3 4 5 then ਰਿਲੈਕਸ ਅਗਰ ਤੁਹਾਤੋਂ ਪੰਜਿਆਂ ਤੇ ਨਹੀਂ ਖੜਾ ਜਾਏਗਾ ਤੁਸੀਂ ਐਦਾਂ ਵੀ ਕਰ ਸਕਦੇ ਹੋ ਸਟੈਂਡਿੰਗ ਦੇ ਵਿੱਚ ਹੱਥ ਕੋਲ ਦੋ ਔਰ ਉੱਪਰ ਦੇਖੋ 1 2 3 4 5 then ਰਿਲੈਕਸ ਦੁਹਰਾ ਦੇਖੋ ਫੇਰ ਆਪਾਂ ਸਿੱਧੇ ਖੜੇ ਦੋਨੋਂ ਹੱਥ ਉੱਪਰ ਕਰਤੇ ਉੱਪਰ ਦੇਖਿਆ 1 2 3 4 5 ਜਿਆਦਾ ਬੈਟਰ ਹੈ ਜਿਹੜੀ ਆਪਾਂ ਹੀਲ ਰੇਜ਼ ਕਰਕੇ ਕਰਾਂਗੇ ਐਦਾਂ ਪੰਜਿਆਂ ਤੇ ਆ ਜਾਾਂਗੇ ਔਰ ਇਹਨਾਂ ਉੱਪਰ ਦੇਖਾਂਗੇ ਤੇ ਹੋਲਡ ਕਰਾਂਗੇ 1 2 10 4 5 देन रिलैक्स 1 2 10 4 5 देन रिलैक्स 1 2 10 4 5 देन रिलैक्स ये होगी हील रेज स्टैंडिंग दे विच इसलिए ਤੁਸੀਂ 5 ਰੈਪੀਟੀਸ਼ਨਸ 5 ਵਾਰੀ ਇਹ ਤੁਸੀਂ ਐਕਸਰਸਾਈਜ਼ ਕਰਨੀ ਆ ਇਹ ਹੋਗੀ ਪਹਿਲੀ ਦੂਸਰੀ ਐਕਸਰਸਾਈਜ਼ ਕੀ ਆ ਇਸ ਲਈ ਆਪਾਂ ਤੁਹਾਨੂੰ ਬੈੱਡ ਤੇ ਕਰਕੇ ਦਿਖਾਵਾਂਗੇ ਕਾਊਚ ਤੇ ਕਰਕੇ ਦਿਖਾਵਾਂਗੇ ਦੂਸਰੀ ਕਸਰਤ ਕੀ ਕਰਨੀ ਹੈ ਆਪਾਂ ਸਟ੍ਰੇਟ ਲੈਗ ਰੇਜ਼ ਐਸ ਐਲ ਆਰ ਇਸ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਆਪਾਂ ਆਪਣੇ ਖੱਬੇ ਪਾਸੇ ਕਰਕੇ ਦਿਖਾਵਾਂਗੇ ਸੱਜੇ ਗੋਡੇ ਨੂੰ ਮੋੜ ਲੈਣਾ ਤਾਂ ਕਿ ਬੈਕ ਤੇ ਪ੍ਰੈਸ਼ਰ ਨਾ ਪਵੇ ਪਹਿਲਾਂ ਹੀ ਜੋ ਆਪਣੀ ਕਮਰ ਦੇ ਮਸਲ ਟਾਈਟ ਨੇ ਅਗਰ ਸਿੱਧੀ ਲੱਤ ਚੱਕ ਦਾਂਗੇ ਦੋਨੇ ਲੱਤਾਂ ਸਿੱਧੀਆਂ ਰੱਖ ਕੇ ਤਾਂ ਮਸਲ ਹੋਰ ਟਾਈਟ ਹੋ ਜਾਣਗੇ ਆਪਾਂ ਇੱਕ ਗੋਡਾ ਮੋੜ ਲੈਣਾ ਹੈ ਔਰ ਦੂਸਰੀ ਲੱਤ ਐ ਬਿਲਕੁਲ ਸਿੱਧੀ ਹੈ ਪੈਰ ਨੂੰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦਾਂਗੇ 45 ਡਿਗਰੀ ਤੱਕ ਜਿੰਨਾ ਇਹ ਗੋਡਾ ਮੁੜਿਆ ਹੋਇਆ ਹੈ इतने होल्ड करा आप दस सैकेंड एक दो तीन चार पांच छे सत अठ नौ दस आ जाओ नीचे दैन जो नीचे, तो नीचे रखता पैर सीधा कर देना है फिर पैर अंदर मोड़ के फिर उपर चक इतने आप होल्ड करा एक दो तीन चार पांच छे सत अठ नौ दस फिर नीचे रख देना है पैर सीधा कर देना है पैर अंदर मोड़ के फिर चक देना है एक दो तीन चार पांच छे सत अठ नौ दस दैन रिलैक्स ਇੱਕ ਅਸਰ ਤੁਸੀਂ 5 ਵਾਰੀ ਕਰਨੀ ਹੈ ਐਸਐਲਆਰ ਆਪਾਂ ਇਹ ਤਿੰਨ ਵਾਰੀ ਕੀਤੀ ਸੀ ਪਰ ਤੁਸੀਂ 5 ਵਾਰੀ ਕਰਨਾ ਹੁਣ ਤੁਹਾਨੂੰ ਆਪਾਂ ਸੱਜੇ ਪਾਸੇ ਵੀ ਕਰਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਖੱਬਾ ਗੋਡਾ 모ੜਾਂਗੇ ਯੈਸ ਹੁਣ ਆਪਾਂ ਸੱਜੀ ਲੱਤ ਦਾ ਪੈਰ ਅੰਦਰ 모ੜਾਂਗੇ ਔਰ ਲੱਤ ਨੂੰ ਉੱਪਰ ਚੱਕ ਦੇਾਂਗੇ ਸਿੱਧਾ ਸਟ੍ਰੇਟ 45 ਡਿਗਰੀ ਦੇ ਐਂਗਲ ਤੇ ਬਿਲਕੁਲ ਇਸ ਗੋਡੇ ਦੇ ਲੈਵਲ ਤੇ ਇੱਥੇ ਹੋਲਡ ਕਰਾਂਗੇ 10 ਸੈਕਿੰਡ ਲਈ 1 2 3 4 5 6 7 8 9 10 ਨੀਚੇ ਰੱਖ ਦਿਓ ਪੈਰ ਨੂੰ ਆਰਾਮ ਦਬਾ ਦਿਓ ਸਿੱਧਾ ਕਰ ਦਿਓ ਹੁਣ ਪੈਰ ਅੰਦਰ 모ੜੋ ਫੇਰ ਉੱਪਰ ਚੱਕ ਦੋ 1 2 3 4 5 6 7 8 9 10 ਫੇਰ نیچے ਰੱਖ ਦੋ ਫੇਰ ਸਿੱਧੇ ਇਹ ਆਪਾਂ ਦੋ ਵਾਰੀ ਕੀਤੀ ਇਸ ਨੂੰ ਤੁਸੀਂ ਵੀ ਪੰਜ ਵਾਰੀ ਕਰਨਾ ਹੈ ਇਹ ਹੋ ਗਈ ਆਪਣੀ ਸਟ੍ਰੇਟ ਲੈਗ ਰੇਸ ਐਸ ਐਲ ਆਰ ਆਪਣੀ ਦੂਸਰੀ ਕਸਰਤ ਤੀਸਰੀ ਕਸਰਤ ਕੀ ਹੈ ਆਪਾਂ ਆਪਣੇ ਲੱਕ ਨੂੰ ਉੱਪਰ ਚੱਕਾਂਗੇ ਦੋਨੇ ਗੋਡੇ ਮੋੜ ਕੇ ਜਿਸ ਨੂੰ ਕਹਿੰਦੇ ਆ ਪੋਲ ਬਣਾਉਣਾ ਜਾਂ ਬ੍ਰਿਜਿੰਗ ਵੀ ਕਿਹਾ ਜਾਂਦਾ ਹੈ ਦੋਨੇ ਗੋਡੇ ਮੋੜ ਲਓ ਹੁਣ ਆਪਣੀ ਲੱਕ ਨੂੰ ਉੱਪਰ ਚੱਕ ਦੋ ये देखो पुल बन गया इधरों चढ़ेगी इधर उतर इस ब्रिजिंग चाहना चकना होल्ड करें दस सैकड़ एक दो तीन चार सत दस शाबाश फिर चक दो एक दो तीन चार पांच छे सात अठ नौ दस शाबाश फिर चक दो एक दो तीन चार पांच छे सात अठ नौ दस शाबाश बस ਅਸੀਂ ਇਹ ਤਿੰਨ ਵਾਰੀ ਕੀਤਾ ਤੁਸੀਂ ਇਹ ਪੰਜ ਵਾਰੀ ਕਰਨੀ ਹੈ ਫਾਈਵ ਰੈਪੀਟੀਸ਼ਨਸ ਕਰਨੀਆਂ ਨੇ ਫਾਈਵ ਰੈਪੀਟੀਸ਼ਨਸ ਇਹ ਹੋਗੀ ਬ੍ਰਿਜਿੰਗ ਪੋਲ ਬਣਾਉਣਾ ਵੀ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਹੁਣ ਆਪਾਂ ਤੁਹਾਨੂੰ ਨੈਕਸਟ ਜੋ ਚੌਥੀ ਕਸਰਤ ਹੈ ਉਸ ਦੇ ਵਿੱਚ ਆਪਾਂ ਪੁੱਠੇ ਪੈ ਜਾਣਾ ਹੈ ਮੁੱਦੇ ਪੈ ਜਾਾਂਗੇ ਬਿਲਕੁਲ ਪ੍ਰੋਨ ਚ ਆ ਜਾਓ ਔਰ ਇਸ ਦੇ ਵਿੱਚ ਜਿਵੇਂ ਆਪਾਂ ਸਿੱਧੇ ਪੈ ਕੇ ਲੱਤ ਚੱਕੀ ਸੀ ਇਸ ਤਰ੍ਹਾਂ ਅਸੀਂ ਪੁੱਠੇ ਪੈ ਕੇ ਲੱਤ ਚੱਕਾਂਗੇ ਤਾਂ ਕਿ ਜਿਹੜੇ ਕਮਰ ਦੇ ਮਸਲ ਨੇ ਉਹ ਆਪਣੇ ਰਿਲੈਕਸ ਹੋ ਜਾਣ तो बड़ी ईजी एक्सरसाइज है जो हाथों की पोजिशन है दोनों अपने जो थोड़ी के नीचे हथ आ जाएंगे और पेशेंट सामने देखेगा और सब तो पहला अपनी जो की सी लत है ये उपर चका बस इतने आप तीह डिग्री जोड़ा एंगल है बिल्कुल आप उपर ले जाएंगे इतने नब्बे डिग्री हो जाएगा जो पॉसीबल ही नहीं है ये आ गया इतने फोर्टी फाइव पर आप तीह डिग्री नीचे ना एक गेट समझ के कह लो आप उपर चका इत होल्ड करा एक दो तीन चार पाँच छत अठ नौ दस ਫਿਰ ਇੱਕਦਮ ਰਿਲੈਕਸ ਕਰ ਦੇਣਾ ਹੈ ਅਗਰ ਤੁਸੀਂ ਕਿਸੇ ਵੀ ਕਸਰਤ ਦੌਰਾਨ ਥੋੜੇ ਦਰਦ ਸਟਾਰਟ ਹੋ ਜਾਵੇ ਉੱਥੇ ਤੁਸੀਂ ਉਹ ਐਕਸਰਸਾਈਜ਼ ਬੰਦ ਕਰ ਦੇਣੀ ਹੈ ਸੋ ਇੱਕ ਵਾਰੀ ਫੇਰ ਉੱਪਰ ਚੱਕ ਦੋ ਯੈਸ 1 2 3 4 5 6 7 8 9 10 ਫੇਰ ਉੱਪਰ ਚੱਕ ਦੋ 1 2 3 4 5 6 7 8 9 10 ਫੇਰ ਉੱਪਰ ਚੱਕ ਦੋ 1 2 3 4 5 6 7 8 9 10 ਫੇਰ ਉੱਪਰ ਚੱਕ ਦੋ 1 2 3 4 5 6 7 8 9 10 ਰਿਲੈਕਸ ਅਸੀਂ ਇਹ ਪੰਜ ਵਾਰੀ ਕੀਤਾ ਤੁਸੀਂ ਵੀ ਇਹ ਪੰਜ ਵਾਰੀ ਕਰਨੀ ਆ ਪਰ ਦੋਨੋਂ ਸਾਈਡ ਕਰਨੀ ਆ ਆਪਾਂ ਇਸ ਸਾਈਡ ਕਰਕੇ ਦਿਖਾਇਆ ਉਧਰਲੀ ਸਾਈਡ ਤੁਸੀਂ ਆਪਣੇ ਆਪ ਕਰ ਲੈਣਾ ਦੋਨੋਂ ਸਾਈਡ ਹੋਗੀ ਪ੍ਰੋਨ ਐਸ ਐਲ ਆਰ ਓਕੇ ਦੈਨ ਸਭ ਤੋਂ ਲਾਸਟ ਐਕਸਰਸਾਈਜ਼ ਕੀ ਹੈ ਜਿਸ ਦੇ ਵਿੱਚ ਆਪਾਂ ਇਸ ਨੂੰ ਰਿਲੈਕਸ ਕਰ ਸਕਦੇ ਹਾਂ 댓 ਇਜ਼ ਸਪਾਈਡਰਮੈਨ ਐਕਸਰਸਾਈਜ਼ ਬਿਲਕੁਲ ਉਸ ਦੇ ਲਈ ਆਪਾਂ ਫਿਗਰ ਆਫ 4 ਚ ਆ ਜਾਾਂਗੇ ਫਿਗਰ ਆਫ 4 ਚ ਆ ਜਾਓ ਫਿਗਰ ਆਫ 4 ਮਤਲਬ ਆਪਾਂ ਇਦਾਂ ਜਿਵੇਂ ਕੈਟ ਪੋਜੀਸ਼ਨ ਵੀ ਕਹਿ ਸਕਦੇ ਆ ਆਪਣੇ ਜੋ ਮੋਢਿਆਂ ਦੇ نیچے ਬਿਲਕੁਲ ਆਪਣੇ ਜੋ ਆਪਣੇ ਗੁੱਟ ਨੇ ਉਹ ਆ ਜਾਣਗੇ हिਪਸ ਦੇ نیچے ਆਪਣੇ ਗੋਡੇ ਆ ਜਾਣਗੇ ਠੀਕ ਹੈ ਇਸ ਦੇ ਵਿੱਚ ਕੀ ਹੈ ਆਪਾਂ ਪਹਿਲਾਂ ਆਪਣੀ ਸੱਜੀ ਬਾਹ ਬਿਲਕੁਲ ਸਿੱਧੀ ਚੱਕ ਦੇਣੀ ਹੈ ਔਰ ਆਪੋਜ਼ਿਟ ਲੱਤ ਖੱਬੀ ਲੱਤ ਉੱਪਰ ਚੱਕ ਦੇਣੀ ਹੈ ਇੱਥੇ ਹੋਲਡ ਕਰਾਂਗੇ ਆਪਾਂ 10 ਸੈਕਿੰਡ ਲਈ 1 2 3 4 5 6 7 8 9 10 ਰਿਲੈਕਸ ਹੁਣ ਦੂਸਰਾ ਹੱਥ ਚੱਕ ਦੋ ਇਹਦੇ ਨਾਲ ਚੱਕ ਦੋ 1 2 3 4 5 6 7 8 9 10 ਇਹ ਹੋ ਗਿਆ ਇੱਕ ਵਾਰੀ ਠੀਕ ਹੈ ਜੀ ਹੁਣ ਆਪਾਂ ਇਦਾਂ ਦੋਨੇ ਪਾਸੇ ਜਦੋਂ ਆਪਾਂ ਕਰਾਂਗੇ ਟੋਟਲ 10 ਹੋ ਗਿਆ ਤਾਂ ਮਤਲਬ ਇਹ ਹੋਗੀ ਆਪਣੀ ਪੰਜ ਰੈਪੀਟੀਸ਼ਨਸ ਠੀਕ ਹੈ ਹੁਣ ਇਹ ਦੋਨੀ ਵਾਰੀ ਕਰਕੇ ਦੋ ਕਰਕੇ ਇੱਕ ਗਿਣਨਾ ਆਪਾਂ ਇਸ ਨੂੰ ਓਕੇ ਜੀ ਚਲੋ ਫੇਰ ਹੁਣ ਕਰਕੇ ਦਿਖਾਓ yes 1 2 3 4 5 6 7 8 9 10 ਫੇਰ ਉਹ ਚੱਕ ਦੋ 1 2 3 4 5 6 7 8 9 10 ਰੁਕ ਜਾਓ ਅਸੀਂ ਇਹ 4 ਹੋ ਗਿਆ ਚਾਰ ਵਾਰੀ ਗਿਣਿਆ ਇਹ ਇਸ ਨੂੰ ਜਦੋਂ ਤੁਸੀਂ 10 ਹੋਗੇ ਉੱਥੇ ਰੁਕ ਜਾਣਾ ਉਦੋਂ ਇਸ ਦੀਆਂ 5 ਰੈਪੀਟੀਸ਼ਨਸ ਪੂਰੀਆਂ ਹੋਣੀਆਂ ਨੇ ਇੱਕ ਵਾਰੀ ਫੇਰ ਤੁਹਾਨੂੰ ਸਪਾਈਡਰਮੈਨ ਕਰਕੇ ਦਿਖਾਵਾਂਗੇ ਇਹ ਆਪਣੀ ਬਾਹ ਬਿਲਕੁਲ ਸਿੱਧੀ ਕਰ ਦੋ ਦੂਸਰੀ ਲਾਤ ਉੱਪਰ ਚੱਕ ਦੋ yes 1 2 3 4 ਇੱਥੇ ਰੱਖ ਲੈ 4 5 6 7 8 9 10 ਹੁਣ ਦੂਜੀ ਸਾਈਡ ਕਰਕੇ ਦਿਖਾਓ 1 2 3 4 5 6 7 8 9 10 ਰਿਲੈਕਸ ਦੋਸਤੋ ਬਾਅਦ ਆਪਾਂ ਬਿਲਕੁਲ ਸਿੱਧੇ ਲੇਟ ਜਾਣਾ ਹੈ ਉੱਤੇ ਐਦਾਂ ਹੀ ਜੀ ਹਾਂ ਆਰਾਮ ਨਾਲ ਲੇਟ ਜਾਓ ਸੋ ਇਹ ਹੋ ਗਏ ਅਗਰ ਤੁਹਾਡੇ ਲੱਕ ਦੇ ਵਿੱਚ ਜਕੜਨ ਹੋ ਜਾਵੇ ਇਹ ਤੁਸੀਂ ਪੰਜ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤਾਂ ਤੁਹਾਡੇ ਕਿਦੇ ਵੀ ਜੋ ਜਕੜਨ ਨਾਲ ਮਾਸ ਟਾਈਟ ਹੋਇਆ ਹੈ ਮਸਲ ਟਾਈਟ ਹੋਏ ਨਹੀਂ ਦੋਤੋ ਟੈਂਡਨਾਂ ਦੇ ਵਿੱਚ ਰਿਲੈਕਸ ਹੋ ਜਾਣਗੇ ਔਰ ਅੱਗੇ ਤੋਂ ਕਿਤੇ ਵੀ ਤੁਹਾਡਾ ਮਾਸ ਹੈ ਜੋ ਲੱਕਦਾ ਉਹ ਟਾਈਟ ਨਹੀਂ ਹੋਏਗਾ ਸੋ ਇਹ ਕਸਰਤ ਆ ਇੱਕ ਵਾਰ ਫੇਰ ਦੱਸਦੀ ਆ ਤੁਹਾਨੂੰ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਮਾਲਿਸ਼ ਕਿਤੇ ਵੀ ਨਹੀਂ ਕਰਨੀਗੀ ਔਰ ਤੁਸੀਂ ਇਸ ਦੇ ਉੱਪਰ ਗਰਮ ਪਾਣੀ ਵਾਲੀ ਬੋਟਲ ਨਾਲ ਸੇਕ ਦੇ ਸਕਦੇ ਹੋ ਔਰ ਨਾਲ ਦੀ ਨਾਲ ਬਰਫ਼ ਦੀ ਸਿਕਾਈ ਵੀ ਕਰ ਸਕਦੇ ਹੋ ਵੈਸੇ ਅਗਰ ਤੁਹਾਡੇ ਦਰਦ ਹੋਣੀ ਸ਼ੁਰੂ ਹੋਇਆ ਹੈ ਇੱਕ ਦੋ ਦਿਨ ਹੋਏ ਨੇ ਤਾਂ ਤੁਸੀਂ ਬਰਫ਼ ਦਾ ਸੇਕ ਕਰ ਸਕਦੇ ਹੋ ਬਰਫ਼ ਕੁੱਟ ਕੇ ਲਿਫਾਫੇ ਦੇ ਵਿੱਚ ਪਾ ਲੈਣੀ ਹੈ ਇਸ ਜਗ੍ਹਾ ਤੇ ਰੱਖ ਦੇਣੀ ਹੈ ਉਲਟੇ ਲੈ ਜਾਣਾ ਔਰ ਅਗਰ ਇਹ ਦਰਦ ਮਤਲਬ 10 ਤੋਂ 12 ਦਿਨ ਉੱਪਰ ਹੋ ਗਏ ਨੇ ਫਿਰ ਤੁਸੀਂ ਇਸਦੇ ਹੌਟ ਪੈਕ ਦੇਣਾ ਹੈ ਸੇਕ ਦੇਣਾ ਹੈ ਸੋ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਔਰ ਤੁਸੀਂ ਇੰਜੋਏ ਕੀਤਾ ਤਾਂ தம்ਸ ਅਪ ਜਰੂਰ ਦਿਓ ਔਰ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਵੀਡੀਓ ਤੁਸੀਂ ਸਾਂਝੀ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਔਰ ਇੱਕ ਵਾਰੀ ਹੋਰ ਤੁਹਾਨੂੰ ਇੱਕ ਮੈਂ ਗੱਲ ਦੱਸਣਾ ਚਾਹੁੰਦਾ ਲਾਸਟ ਦੇ ਵਿੱਚ ਤੁਸੀਂ ਸਾਰੇ ਜਣੇ ਸੈਰ ਜਰੂਰ ਕਰਿਆ ਕਰੋ ਔਰ 5 ਤੋਂ 10 ਮਿੰਟ ਸਾਈਕਲ ਵੀ ਜਰੂਰ ਚਲਾਓ ਤਾਂ ਕਿ ਤੁਸੀਂ ਤੰਦਰੁਸਤ ਰਹੋ ਸੋ ਤੁਹਾਡਾ ਸਾਰਿਆਂ ਦਾ ਬਹੁਤ